ਫੋਟੋ ਸੈਸ਼ਨ ਹੋ ਰਿਹਾ ਇੱਥੇ ਬਿਆਨ ਦਰਜ ਕਰਵਾ ਮੂਸੇ ਵਾਲਾ ਨੂੰ ਬਿਆਨ ਦਰਜ ਸ਼ਿਕਾਇਤ ਚ ਕੀ ਆਰਟੀ ਐਕਟੀਵਿਸਟ ਖਹਿਰਾ ਉਹਨਾਂ ਵੱਲੋਂ ਸੀ ਕਿ ਜਿਹੜੀ ਹਾਈ ਕੋਰਟ ਦੀ ਜੱਜਮੈਂਟ ਆ 22/7/2019 ਦੀ ਉਹਦੇ ਵਿੱਚ ਹਾਈ ਕੋਰਟ ਦੀ ਡਾਇਰੈਕਸ਼ਨਸ ਨੇ ਕਿ ਕੋਈ ਵੀ ਸੈਲੀਬ੍ਰਿਟੀ ਜਾਂ ਸਿੰਗਰ ਜਾਂ ਕੋਈ ਵੀ ਇਹੋ ਜਿਹਾ ਜਿਹੜਾ ਪਬਲਿਕ ਫਿਗਰ ਹੈ ਉਹ ਕੋਈ ਇਹੋ ਜਿਹਾ ਚੀਜ਼ ਨਹੀਂ ਕਰੂਗਾ, ਗਾਣਾ ਨਹੀਂ ਗਾਊਗਾ, ਕੋਈ ਵੀਡੀਓ ਅਪਲੋਡ ਨਹੀਂ ਕਰੂਗਾ ਜਿਹ 'ਚ ਲਿਕਰ ਨੂੰ ਅਤੇ ਵੈਪਨਸ ਨੂੰ ਗਲੋਰੀਫਾਈ ਕੀਤਾ ਗਿਆ ਹੋਵੇ। ਇਹਦੇ ਉਹਦੀ ਸੀ ਕਿ ਜਿਹੜੀ ਇਹਨਾਂ ਨੇ ਮਨਕੀਰ ਤੌਲਕ ਨੇ ਅਤੇ ਸਿੱਧੂ ਮੂਸੇ ਵਾਲੇ ਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਇਹਨਾਂ ਨੇ ਕੋਈ 4-5 ਇੱਕ ਗਾਣਾ ਗਾਇਆ ਸੀ ਜਿਹੜਾ ਹਾਲੇ ਤੱਕ ਵੈਸੇ ਰਿਕਾਰਡ ਨਹੀਂ ਹੋਇਆ ਹੋਇਆ, ਕਿ ਉਹਦੇ ਵਿੱਚ ਵੈਪਨਸ ਨੂੰ ਅਤੇ ਸ਼ਰਾਬ ਨੂੰ ਗਲੋਰੀਫਾਈ ਕੀਤਾ ਹੋਇਆ ਸੀ ਐਜ਼ ਅ ਪਰਸਨ। ਉਹਦੇ ਅਗੇਂਸਟ ਨੇ ਕੰਪਲੇਂਟ ਸੀ ਕਿ ਇਹਨਾਂ 'ਤੇ ਉਸ ਜੱਜਮੈਂਟ ਦੇ ਅਕੋਰਡਿੰਗ ਕਾਰਵਾਈ ਕੀਤੀ ਜਾਵੇ। ਹਾਂਜੀ ਉਹ ਵੀਡੀਓ ਮੇਰੇ ਕੋਲ ਹੈਗੀ ਹੈ, ਜਗਬਾਣੀ ਨੇ ਕਵਰ ਕੀਤੀ ਹੋਈ ਹੈ, ਉਹ ਵੀਡੀਓ ਮੈਂ ਦੇਖੀ ਹੈ, ਮੇਰੇ ਕੋਲ ਹੈਗੀ ਵੀ ਹੈ। ਉਹਦੇ ਬਾਰੇ ਉਹਨਾਂ ਨੇ ਇਹ ਕਿਹਾ ਕਿ ਨਾ ਤਾਂ ਇਹ ਗਾਣਾ ਮੈਂ ਰਿਕਾਰਡ ਕੀਤਾ, ਨਾ ਮੇਰੇ ਵੱਲੋਂ ਲਿਖਿਆ ਗਿਆ, ਨਾ ਮੈਂ ਕਦੀ ਇਹ ਪਬਲਿਕਲੀ ਜਾਂ ਵੈਸੇ ਗਾਇਆ, ਨਾ ਮੈਂ ਲਾਈਵ ਸ਼ੋਅ 'ਚ ਗਾਇਆ। ਇਹ ਅਸੀਂ ਘਰੇ ਬੈਠੇ ਸੀ 4 ਜਣੇ, ਉਹ ਅਤੇ ਇਨਕਲੂਡਿੰਗ ਮਨਕੀਰ ਤੌਲਕ, ਉਹਨਾਂ ਨੇ ਆਪਸ 'ਚ ਬੈਠੇ ਗਾਣਾ ਗਾਇਆ ਸੀ। ਉਹ ਕਿਸੇ ਹੋਰ ਦਾ ਗਾਣਾ ਹੈ, ਕੋਈ ਸਾਬੀ ਪਿੰਟਰ ਸਿੰਗਰ ਆ, ਉਹਦਾ ਲਿਖਿਆ ਹੋਇਆ ਗਾਣਾ, ਉਹਦਾ ਗਾਇਆ ਹੋਇਆ ਗਾਣਾ, ਉਹ ਨੋਟ ਉਹਨੇ ਵੀ ਕੋਈ ਪ੍ਰੋਪਰ ਰਿਕਾਰਡ ਨਹੀਂ ਕਰਾਇਆ ਹੋਇਆ, ਵੈਸੇ ਕਿਸੇ ਨੇ ਉਹਦਾ ਵੀ ਗਾਣਾ ਹੀ ਅਪਲੋਡ ਕੀਤਾ ਹੋਇਆ ਯੂਟਿਊਬ 'ਤੇ। ਉਹਨੇ ਉਹਦੀ ਲਾਈਨਾਂ ਬੈਠੇ ਬੈਠੇ ਆਪਸ 'ਚ ਗਾਈਆਂ ਸੀ ਕਿ ਉਹਦੀ ਕੋਈ ਇੰਟੈਂਸ਼ਨ ਨਹੀਂ ਸੀ, ਜੇ ਉਹਦੇ ਕੋਈ ਇਹੋ ਜਿਹੀ ਉਹਨੇ ਕੰਪਲਾਈ ਨਹੀਂ ਕੀਤੀ ਤਾਂ ਉਹ ਮਾਫ਼ੀ ਮੰਗੀ ਉਹਨੇ। ਬਾਕੀ ਉਹਨੂੰ ਹਾਈ ਕੋਰਟ ਦੀ ਜਿਹੜੀ ਉਹ ਜੱਜਮੈਂਟ ਸੀ ਉਹਨੂੰ ਅਸੀਂ ਰਿਸੀਵ ਕਰਾਤੀ ਹੈ, ਅਤੇ ਉਹਨੂੰ ਪੜਵਾਤਾ ਕਿ ਕੋਈ ਵੀ ਕੱਲ੍ਹ ਨੂੰ ਜਿਹੜਾ ਸ਼ੋਅ ਦਾ ਹੈਗਾ ਉਹਦੇ ਵਿੱਚ ਇਹੋ ਜਿਹੀ ਕੋਈ ਉਹ ਅਗੇਂਸਟ ਇਸ ਜੱਜਮੈਂਟ 'ਤੇ ਕੋਈ ਵੀ ਕੰਮ ਨਹੀਂ ਕਰੂਗਾ। ਇਹਦੇ ਬਾਰੇ ਤੁਸੀਂ ਮੈਨੂੰ ਕੰਪਲੇਂਟ ਦੇ ਦਿਓ ਜਾਂ ਤੁਸੀਂ ਦੱਸ ਦਿਓ ਸਰ ਨੈਕਸਟ ਕਾਰਵਾਈ ਇਸ ਮਾਮਲੇ 'ਚ ਹੁਣ ਕੀ ਹੈ, ਜਿਹੜੀ ਹੁਣ ਤੁਸੀਂ ਬਿਆਨ ਲੈ ਲਿਆ ਉਹਨਾਂ ਦੇ ਵੀ ਲੈ ਲਿਆ ਜੀ, ਅਗਲੀ ਦੀ ਕਾਰਵਾਈ ਕੀ ਹੋਊਗੀ, ਫਿਰ ਬੁਲਾਇਆ ਗਿਆ ਇਸ ਮਾਮਲੇ 'ਚ? ਨਹੀਂ ਹਾਲੇ ਉਹਨਾਂ ਦਾ ਕੱਲ੍ਹ ਸ਼ੋਅ ਆ, ਕੱਲ੍ਹ ਉਹਨਾਂ ਦਾ ਲਾਈਵ ਸ਼ੋਅ 'ਚ ਹੀ ਪਤਾ ਲੱਗ ਜੂਗਾ ਜੇ ਉਹਨਾਂ ਨੇ ਕੋਈ ਇਹੋ ਜਿਹੇ ਗਾਣੇ ਗਾਏ ਜਾਂ ਉਹਨੂੰ ਕੰਪਲਾਇੰਸ ਨਹੀਂ ਕੀਤੀ ਉਸ ਜੱਜਮੈਂਟ ਨਾਲ ਜਿਹੜੀ ਹਾਈ ਕੋਰਟ ਦੀ ਹੈ, ਤਾਂ ਉਹਦੇ ਅਕੋਰਡਿੰਗ ਆਪਾਂ ਅਗਰ ਗੱਲ ਕਰੀਏ ਸਰ, ਸੈਲਫੀਆਂ ਵੀ ਹੋਈਆਂ ਤੁਹਾਡੇ ਥਾਣੇ ਦੇ ਆਪਣੇ ਕਮਰੇ ਦੇ ਵਿੱਚ, ਸਾਡੇ ਕੋਲ ਵੀਡੀਓ ਹੈਗੀ, ਸ਼ਾਰਟ ਹੈਗੇ ਸਾਡੇ ਕੋਲ ਵੀਡੀਓ, ਸੈਲਫੀ ਸੈਸ਼ਨ ਚੱਲਦਾ ਪਿਆ ਸੀ ਅੰਦਰ, ਸੈਲਫੀ ਸੈਸ਼ਨ ਬ੍ਰਦਰ ਕੋਈ ਨਹੀਂ ਚੱਲਿਆ, ਫੋਟੋਆਂ ਖਿੱਚਾਣੀਆਂ ਕਿ ਅਸੀਂ ਬੱਚੇ ਜੇ ਤੁਸੀਂ ਬਰਤ ਰਹੀ ਗੱਲ ਕਰਨੀ ਹੈ, ਕੋਈ ਗੱਲ ਨਹੀਂ, ਇਹੋ ਜੀ ਕੋਈ ਗੱਲ ਨਹੀਂ ਹੋਈ। ਅਗਲਾ ਕੁਸ਼ਚਨ ਮਿਸ ਬਿਹੇਵ ਮੈਨੂੰ ਦੱਸ ਦਿਓ ਜੀ, ਕਿਹਦੇ ਨਾਲ ਹੋਇਆ, ਕੋਈ ਸ਼ਿਕਾਇਤ ਰਿਟਨ ਹੈਗੀ ਤੁਸੀਂ ਮੈਨੂੰ ਦੇ ਦਿਓ, ਸਾਰੇ ਸਾਰੇ ਨੂੰ ਹੋਇਆ ਮਿਸ ਬਿਹੇਵ, ਸਾਰੇ ਜਿੰਨੇ ਖੜੇ, ਕੋਈ ਗੱਲ ਨਹੀਂ ਦੇ ਦਿਓ ਮੈਨੂੰ ਕੰਪਲੀਟ ਤਾਂ ਦਿਓ ਜੀ, ਨਹੀਂ ਸਰ ਆਫਿਸ ਦੇ ਵਿੱਚ ਇੱਕ ਸੈਲਫੀ ਸੈਸ਼ਨ ਹੋਣਾ, ਬ੍ਰਦਰ ਕੋਈ ਸੈਲਫੀ ਸੈਸ਼ਨ ਨਹੀਂ ਹੋਇਆ ਪਹਿਲੀ ਗੱਲ, ਠੀਕ ਹੈ ਜੀ, ਕੋਈ ਇਹ 'ਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਜੇ ਕਿਸੇ ਨੇ ਜਿਹੜੇ ਆਮ ਪਬਲਿਕ ਸੀਗੀ ਉਹ ਅਸੀਂ ਤੁਹਾਡੇ ਆਫਿਸ 'ਚ ਅੰਦਰ ਐਂਟਰ ਹੁੰਦੀ ਦੇਖੀ ਹੈ, ਬੱਚੇ ਵੀ ਸਰ, ਬੱਚੇ ਬ੍ਰਦਰ ਇਹੋ ਜੀ ਕੋਈ ਗੱਲ ਨਹੀਂ, ਜੇ ਕੋਈ ਇੱਕ ਸੈਕਿੰਡ ਜੇ ਕੋਈ ਕਿਸੇ ਬੰਦੇ ਨੂੰ ਮਿਲਣਾ ਚਾਹੁੰਦਾ ਅੰਦਰ ਆ ਕੇ, ਜੇ ਬੱਚੇ ਨੂੰ ਮਿਲਾਤਾ ਤਾਂ ਇਹਦਾ ਮਤਲਬ ਕੋਈ ਗੁਨਾਹ ਤਾਂ ਨਹੀਂ ਕਰਤਾ ਨਾ ਕਿਸੇ ਨੇ, ਠੀਕ ਹੈ ਜੀ, ਕੋਈ ਸੈਲਫੀ ਸੈਸ਼ਨ ਨਹੀਂ ਹੋਇਆ ਕੀ ਬ੍ਰਦਰ, ਇੱਕ ਸੈਕਿੰਡ, ਇਨਵੈਸਟੀਗੇਸ਼ਨ ਉਹ ਤਾਂ ਖਤਮ ਹੋ ਗਈ ਸੀ, ਉਹਨੇ ਬਿਆਨ ਲੈ ਜਾ ਚੁੱਕੇ ਸੀ, ਠੀਕ ਹੈ ਜੀ, ਜਿਹੜੀ ਤੁਹਾਡੀ ਮੀਡੀਆ ਦੀ ਗੱਲ ਆ, ਤੁਹਾਨੂੰ ਕਿਹਾ ਸੀ ਬਾਈਕ ਵਾਈਟ ਇਕੱਠੇ ਦੇ ਦਾਂਗੇ, ਉਹਨਾਂ ਨੇ ਜਾ ਕੇ ਤੁਹਾਨੂੰ ਬਾਹਰ ਵਾਈਟ ਦੇਤੀ ਹੈ, ਮੈਨੂੰ ਨਹੀਂ ਪਤਾ ਉਹਦੇ ਬਾਰੇ ਦਿੱਤੀ ਕਿ ਨਹੀਂ, ਅਤੇ ਉਹਦੇ ਬਾਰੇ ਜੇ ਤੁਹਾਨੂੰ ਕੋਈ ਕੋਈ ਤੁਹਾਡੀ ਰੰਜਿਸ਼ ਆ ਜਾਂ ਕੋਈ ਤੁਹਾਡਾ ਸੋਰੀ ਅਗੇਂਸਟ ਕੋਈ ਉਹਦੇ ਉਹਨੇ ਕੋਈ ਮਿਸਬਿਹੇਵ ਕੀਤਾ, ਉਹਦੀ ਕੰਪਲੇਂਟ ਦੇ ਦਿਓ, ਠੀਕ ਹੈ ਜੀ। ਇਨਕੁਆਇਰੀ ਤਾਂ ਹਾਲੇ ਕਰ ਰਹੇ ਜੀ, ਉਹਨਾਂ ਨੇ ਬਿਆਨ ਲਏ ਹਾਲੇ, ਤੁਹਾਨੂੰ ਮੈਂ ਦੱਸ ਚੁੱਕਿਆ ਜੀ ਪਹਿਲਾਂ, ਤੁਸੀਂ ਬਾਅਦ ਬਾਬਾ ਅਗੋਰੀਨਾਥ, ਭਗਤੀ ਦੀ ਸ਼ਕਤੀ ਹੈ ਮੇਰੇ ਕੋਲ, ਵਸ਼ੀਕਰਨ ਅਤੇ ਮੁਟਕਰਨੀ ਦੇ ਬੇਤਾਜ ਬਾਦਸ਼ਾਹ ਬਾਬਾ ਅਗੋਰੀਨਾਥ, ਮੇਰੇ ਕਿਤੇ ਕੰਮ ਨੂੰ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਸਮੱਸਿਆ ਚਾਹੇ ਜਿੱਦਾਂ ਦੀ ਵੀ ਹੋਵੇ ਜੜ ਤੋਂ ਖਤਮ, ਪਿਆਰ ਚ ਧੋਖਾ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਕਾਰੋਬਾਰ ਚ ਘਾਟਾ, ਨੌਕਰੀ ਦੀ ਸਮੱਸਿਆ, ਜ਼ਿੰਦਗੀ ਦੀ A to Z ਹਰ ਸਮੱਸਿਆ ਦੇ ਸਮਾਧਾਨ ਲਈ ਇੱਕ ਵਾਰ ਫੋਨ ਜ਼ਰੂਰ ਕਰੋ ਬਾਬਾ ਅਗੋਰੀਨਾਥ, ਮੋਬਾਈਲ ਨੰਬਰ 9815705376।